ਇੰਪਲੀਮੈਂਟੇਸ਼ਨ ਆਫ ਆਨਲਾਈਨ ਬਿਲਡਿੰਗ ਪਲਾਨ ਮੈਨੇਜਮੈਂਟ ਸਿਸਟਮ ਸੰਬੰਧੀ ਦਾ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਿਲ ਹੋਏ ਅਤੇ ਇਸ ਈ ਸਰਵਿਸ 'ਤੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਵਿਸਥਾਰ ਨਾਲ ਚਰਚਾ ਕੀਤੀ ਅਤੇ SYL ਮੁੱਦੇ 'ਤੇ ਵੀ ਆਪਣੀ ਪ੍ਰਤੀਕਿਰਿਆ ਵਿਅਕਤ ਕੀਤੀ। ਇਸ ਮੌਕੇ 'ਤੇ ਨਗਰ ਨਿਗਮ ਵੱਲੋਂ ਜਾਰੀ ਮੋਬਾਈਲ ਐਪ ਵੀ ਲਾਂਚ ਕੀਤਾ ਗਿਆ। ਵਿਗਿਆਨ ਨੇ ਅੰਧੋਂ ਕੋ ਆਂਖੇ ਦੀ ਹੈ, ਬਹਿਰੋਂ ਕੋ ਕਾਨ ਦੀਏ ਹੈ, ਉਸਨੇ ਇਨਸਾਨ ਕਾ ਜੀਵਨ ਦੀਰਘ ਕਰ ਦਿਆ ਹੈ। ਔਰ ਇਸ ਵਿਗਿਆਨ ਕੀ ਬਦੌਲਤ ਜੋ ਲੋਗੋਂ ਕੋ ਹਰਾਸਮੈਂਟ ਹੋਤੀ ਹੈ, ਕਰੀਬ ਕਰੀਬ 70-80% ਲੋਕ ਪੰਜਾਬ ਮੇ ਐਸੇ ਜਿਨਕੇ ਨਕਸ਼ੇ ਹੀ ਨਹੀਂ ਬਨੇ ਔਰ ਜਿਨਕੋ ਘੂਸ ਦੇਣੀ ਪੜਤੀ ਹੈ, ਕਰਪਸ਼ਨ ਕੀ ਇੰਤਹਾ ਕੋ ਤੋੜਨੇ ਕੇ ਲੀਏ ਯੇ ਬਹੁਤ ਜ਼ਰੂਰੀ ਥਾ ਕਿ ਜੋ ਟੈਕਸ ਪੇਅਰ ਹੈ ਔਰ ਟੈਕਸ ਰਿਸੀਵਰ, ਇਸਕੇ ਬੀਚ ਮੇ ਜੋ ਵਿਚੋਲੇ ਹੈ ਵੋ ਨਾ ਰਹੇ, ਕੋਈ ਇੰਟਰਫੇਸ ਨਾ ਰਹੇ ਟੈਕਸ ਪੇਅਰ ਔਰ ਟੈਕਸ ਰਿਸੀਵਰ, ਚਾਹੇ ਵੋ CLU ਹੋ, ਚਾਹੇ ਵੋ ਨਕਸ਼ੇ ਹੋ, ਉਸੇ ਧੱਕੇ ਨਾ ਖਾਣੇ ਪੜੇ, ਉਸੇ ਹਰਾਸਮੈਂਟ ਨਾ ਫੇਸ ਕਰਨੀ ਪੜੇ। ਜਬ ਹਮਾਰੇ ਪਾਸ ਟੈਕਨੋਲੋਜੀ ਹੈ ਔਰ 2007 ਸੇ ਸੈਂਟਰ ਕੀ ਸਰਕਾਰ ਯੇ ਕਹਿ ਰਹੀ ਹੈ ਕਿ ਯਹੀ ਇੱਕ ਤਰੀਕਾ ਹੈ, ਯਹੀ ਇੱਕ ਜ਼ਰੀਆ ਹੈ ਕਰਪਸ਼ਨ ਦੂਰ ਕਰਨੇ ਕਾ, ਸੁਵਿਧਾ ਦੇਣੇ ਕਾ, ਆਮ ਲੋਗੋਂ ਕੀ ਜ਼ਿੰਦਗੀ ਬਹੁਤ ਸਰਲ ਔਰ ਸੁਵਿਧਾਜਨਕ ਕਰਨੇ ਕਾ, ਤੋ ਫਿਰ ਯੇ ਉਚਿਤ ਕੋ ਜਾਨ ਕੇ ਇਸ ਪੇ ਅਮਲ ਨਾ ਕਰਨਾ, ਯੇ ਕਾਇਰਤਾ ਕਾ ਆਭਾਸ ਥਾ। ਕੈਪਟਨ ਸਰਕਾਰ ਬਹਾਦਰੋਂ ਕੀ ਸਰਕਾਰ ਹੈ, ਹਮਾਰੇ ਚੀਫ ਮਿਨਿਸਟਰ ਸਾਹਿਬ ਕੇ ਨਾਮ ਪੇ ਹਮ ਯੇ ਸ਼ੁਰੂ ਕਰ ਰਹੇ ਹੈ ਕਪਤਾਨ ਈ ਸੇਵਾ। ਇਸਸੇ ਨਾ ਸਿਰਫ ਆਮ ਆਦਮੀ ਕਾ ਜੀਵਨ ਸਰਲ ਹੋ ਜਾਏਗਾ, ਉਸੇ ਬਹੁਤ ਸੁਵਿਧਾ ਹੋ ਜਾਏਗੀ, ਲੇਕਿਨ ਉਸੇ ਹਰ ਹਰਾਸਮੈਂਟ ਸੇ ਬਚਾਅ ਹੋਗਾ, ਆਪਣੇ ਘਰ ਮੇ ਇੱਕ ਬਟਨ ਦਬਾ ਕੇ ਵੋ ਯੇ ਨਕਸ਼ੇ ਲੈ ਸਕਦਾ। ਦੇਖੀਏ, ਸਬ ਜੂਡਿਸ ਮਾਮਲੇ ਪੇ ਬੋਲਾ ਨਹੀਂ ਜਾਤਾ, ਲੇਕਿਨ ਯਹਾਂ ਪੇ ਯੇ ਕਹਿਣਾ ਬੜਾ ਅਨਿਵਾਰਯ ਹੈ ਕਿ ਜੋ ਪਾਣੀ ਹਮਾਰੇ ਪਾਸ ਹੈ ਹੀ ਨਹੀਂ ਵੋ ਹਮ ਕੈਸੇ ਦੇ ਦੇ। ਸਭ ਸੇ ਬੜੀ ਬਾਤ ਯੇ ਹੈ ਕਿ ਜੈਸੇ ਵਕਤ ਬਦਲਤੇ ਹੈ, ਪਰਿਸਥਿਤੀਆਂ ਬਦਲਤੀ ਹੈ, ਉਸੀ ਤਰ੍ਹਾਂ ਸੇ ਆਜ ਵੋ ਪਰਿਸਥਿਤੀ ਨਹੀਂ ਹੈ ਕਿ ਹਮਾਰੇ ਦਰਿਆ ਮੇ ਉਤਨਾ ਪਾਣੀ ਬਚਾ ਹੈ, ਤੋ ਜੋ ਚੀਜ਼ ਹਮਾਰੇ ਪਾਸ ਹੈ ਹੀ ਨਹੀਂ ਵੋ ਹਮ ਦੂਸਰੋਂ ਕੋ ਕੈਸੇ ਦੇ ਦੇ। ਜੋ ਬਿਲਡਿੰਗ ਬਾਈ ਲਾਜ ਅੱਜ ਸਾਨੂੰ ਨੈੱਟ 'ਤੇ ਪੰਜਾਬ ਗਵਰਨਮੈਂਟ ਨੇ ਦਿੱਤੇ ਨੇ, ਅਸੀਂ ਆਰਕੀਟੈਕਟਸ ਨੇ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਆ ਵੀ ਉਹਨਾਂ ਵਿੱਚ ਹੋਰ ਥੋੜ੍ਹਾ ਜਿਹਾ ਸਾਨੂੰ ਥ੍ਰੈਸ਼ ਕਰਨ ਦੀ ਲੋੜ ਹੈ, ਕਿਉਂਕਿ ਜੋ ਇਹ ਐਪ ਬਣ ਰਿਹਾ ਜਾਂ ਇਹ ਚੱਲ ਰਹੀ ਆ, ਕਿਉਂ ਇਹ ਸਾਡਾ ਜਿਹੜੀਆਂ ਲੁਧਿਆਣੇ ਵਿੱਚ ਅਨਅਥੋਰਾਈਜ਼ਡ ਕਲੋਨੀਆਂ ਬਣਦੀਆਂ ਨੇ, ਉਹਨਾਂ ਨੂੰ ਵੀ ਔਨਲਾਈਨ ਸਾਨੂੰ ਇਹ ਲਿਆਉਣਾ ਪੈਣਾ ਤਾਂ ਸਾਡੇ ਲੁਧਿਆਣੇ ਦਾ ਕੋਈ ਭਲਾ ਹੋਊਗਾ, ਕਿਉਂਕਿ ਲੁਧਿਆਣੇ ਦੇ ਵਿੱਚ ਕਨਸੈਪਚੁਅਲ ਪਲਾਨ ਨਹੀਂ ਹੈ, ਨਾ ਰੋਡਸ ਦਾ ਹੈ, ਨਾ ਪਾਰਕਾਂ ਦਾ ਹੈ, ਨਾ ਸਪੋਰਟਸ ਦਾ ਹੈਗਾ, ਨਾ ਕੋਈ ਹੈਗਾ, ਸਾਨੂੰ ਹੁਣ ਦੇਣਾ ਪੈਣਾ ਤਾਂ ਕਿ ਅਸੀਂ ਇਹਨੂੰ ਬਹੁਤ ਇਹਦਾ ਸਵਾਗਤ ਕਰਦੇ ਹਾਂ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਵੱਲੋਂ ਵੀ, ਅਤੇ ਅਸੀਂ ਇਹਨੂੰ ਮਤਲਬ ਬਹੁਤ ਬਹੁਤ ਇਹਦਾ ਜੋ ਗੌਰਮੈਂਟ ਦਾ ਧੰਨਵਾਦ ਕਰਦੇ ਹਾਂ ਕਿ ਦੇਰ ਆਏ ਦਰੁਸਤ ਆਏ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬਾਬੀ ਕਾਠੀਆ ਦੀ ਰਿਪੋਰਟ, ਚੈਨਲ 2।